ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਅਤੇ ਮਤਲਬ ਕਿਆ ਲਾਸਾਨੀ ਬਾਦਸ਼ਾਹ ਸੀ ਉਹ, ਉਹਦੇ ਵਰਗਾ ਦੁਨੀਆ 'ਤੇ ਵਾਕਿਆ ਹੀ ਕੋਈ ਨਹੀਂ ਹੋਇਆ। ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਹੈ ਉਹਨਾਂ ਬਾਰੇ, ਇੱਕ ਲਾਈਨ ਦੇ ਵਿੱਚ ਹੀ ਉਹ ਮਤਲਬ ਗੱਲ ਹੀ ਮੁਕਾ ਕੇ ਨੇ, ਇੱਕ ਲਾਈਨ ਦੇ ਵਿੱਚ, ਇੱਕ ਲਾਈਨ 'ਚ ਲਿਖ ਕੇ ਵੀ ਉਹ ਹੈ ਕੀ ਸੀਗਾ। ਉਹ ਕਹਿੰਦੇ ਮਹਾਂਬਲੀ, ਤਪਸਵੀ, ਵੀਰ ਅਤੇ ਯੋਧਾ। ਇੱਕ ਲਾਈਨ 'ਚ ਹੀ ਇੰਨੀਆਂ ਡੈਜੀਗਨੇਸ਼ਨਾਂ ਦੇ ਗਏ, ਮਹਾਂਬਲੀ, ਤਪਸਵੀ, ਵੀਰ, ਯੋਧਾ, ਪਿਤਾ ਪੰਥ ਦਾ ਇੱਕ, ਅਕਾਲ ਦਾ ਪੁੱਤ। ਪੁੱਤ ਕੀ ਦਾ? ਅਕਾਲ ਦਾ। ਕਿਸੇ ਦੁਨਿਆਵੀ ਗੱਲ 'ਚ ਨਹੀਂ ਜੋੜਿਆ ਉਹਨਾਂ ਨੇ। ਕਹਿੰਦੇ ਮਹਾਂਬਲੀ, ਤਪਸਵੀ, ਵੀਰ, ਯੋਧਾ, ਪਿਤਾ ਪੰਥ ਦਾ ਇੱਕ, ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਂਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਮੁੜ ਕੇ ਉਹਦੇ ਬਾਰੇ ਕਿਸੇ ਨੇ ਲਿਖਿਆ, ਮੈਂ ਪਿੱਛੇ ਸੁਣਦਾ ਸੀਗਾ, ਉਹ ਕਹਿੰਦਾ ਉਸ ਮਰਦ ਅਗੰਬੜੇ ਮਰਦ ਜਿਹਾ ਦੁਨੀਆ 'ਤੇ ਮੁੜ ਕੇ ਹੋਇਆ ਹੀ ਨਹੀਂ, ਉਸ ਮਰਦ ਅਗੰਬੜੇ ਮਰਦ ਜਿਹਾ ਦੁਨੀਆ 'ਤੇ ਮੁੜ ਕੇ ਹੋਇਆ ਹੀ ਨਹੀਂ, ਲੋਕ ਧੀਆਂ ਤੋਰ ਕੇ ਰੋਂਦੇ, ਉਹ ਪੁੱਤ ਵਾਰ ਕੇ ਰੋਇਆ ਹੀ ਨਹੀਂ। ਕਿਆ ਬਾਤ ਹੈ! ਇੱਕ ਬੰਦਾ ਨਿਆਣਾ ਤੋਰਦਾ ਨਾ, ਵੀ ਨਾਲ ਦੇ ਪਿੰਡ ਵਿਆਹੀ ਆ, ਉਹ ਤਾਂ ਭੁੱਬਾਂ ਮਾਰ ਕੇ ਕਈ ਦਿਨ ਰੋਂਦੇ ਰਹਿੰਦੇ ਆ, ਅਤੇ ਉਹਨੇ ਵਾਰ 'ਤੇ ਉਹ ਰੋਇਆ ਹੀ ਨਹੀਂ। ਉਹ ਕਹਿੰਦਾ ਜਿਹਦੀ ਜਿਹਦੀ ਦਾਤ ਸੀ ਲੈ ਗਿਆ,